एक ओंकार सतगुर प्रसाद श्री वाहिगुरु जी की फतेह श्री भगौती जी सहाय शब्द हजारे राग रामकली पातशाही दसवीं रे मन ऐसो कर सन्यासा बन से सदन सबे कर समझो मन ही माए उदासा रहाओ। कथा सन्यासियां दी खत्म हुई है, सन्यासियां दी खत्म हुई है ना कथा पासनाथ दी, दत्तात्रेय दी। हुण दसदे ने उह कथा अपनी जगह है, सन्यास दे मता प्रथाए गुरु घर दी सिख्या होर है, वह आए वो उत्थे दी कथा दी उत्थे खत्म होगी, वो गल होर सी। जे तुसी सन्यासी ना कदे बन लग जाओ आपां उहनां दी नकल नहीं करनी, उहनां दा कुछ नहीं लैणा, जिहड़ा कोई लैणा तां उह कहता, जो सिख्या लैणी तां उह दसती, असीं उत्थों की लैणा। साडा सन्यास की हुंदा, गुरमत दा सन्यास आ हुंदा, रे मन ऐसो कर सन्यासा। सन्यास हुंदा आस नूं त्याग देना, सुन्न हो जाना आस, सन्यासा आस नूं सुन्न कर लैणा, जीरो कर लैणा, इच्छावां नूं मार लैणा। किवें कर? बन से सदन सबै कर समझो, थोड़े जे महल माहे उदासा। जे महल भी ने छड्डण दी लोड़ नहीं, बाहर जाण दी लोड़ नहीं जंगल च, जे सदन ने ना सदन महलां नूं कहिंदे ने, कोई लोड़ नहीं उहनूं समझो भी ये जंगले है। जे बहुता सदन हो बाग भी हुंदे ने लगे राजां दे, सदन क्या है ना, सदन भी तो बाग लगे हुंदे ने, जंगले है बाग, उत्थे भी दरख्त ने इत्थे भी दरख्त ने, थोड़े जे संघने ला लो जे ज़्यादा तुहानूं भला ज़्यादा ही है चाहो। मन ही माहे उदासा, उदासी दा मन दे विच है, उदासी दा बाहर नहीं हुंदी। उदास की हुंदा है? आस संसार दियां आसां तो उपर आस कर लैणी, उच्चतम आस उदास है। आस उच्ची कर लो, नेड़े दी आस ना रखो। नेड़े दी आस है उत्थे, वह जिहड़ी आपां नूं दिंदी है, जो चीज़ दिंदी उह नेड़े है, जो साडी अखां दी दृष्टि तो परे है, जो दिखण तो परे है, सोचण तो परे है, समझण तो परे है, सुनण तो परे है, जो ज्ञान इंद्रियां तो परे है, उहदी आस करो, उत्थे रखो आस। रहाओ जो कुछ लैण आए सी उहदा पता नहीं की लैण आए आ, जन्म क्यों होया सी इहदा भी पता नहीं, जन्म क्यों होया सी इहदा पता करो, और वह क्यों दा जिहड़ा जवाब है ना वह लो, वह फिर जिहड़ी वजह दा करके जन्म लिया सी, कारण करके वह जिहड़ी चीज़ लैण आया सी वह लो, वह आस पूरी करो। ਇਹ ਨਾ ਹੋਵੇ ਹੁਣ ਉਹ ਭੁੱਲ ਗਏ ਅਸਲ 'ਚ ਕੀ ਲੈਣਾ ਹੈ, ਇੱਥੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਿਆ ਕਿਤ ਕੋ ਫੱਕੜੇ ਸਭ ਮੁਕਦੇ ਚੱਲੀ ਰਹਿਣ, ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹੇ ਬਸੇਰਾ। ਉਹ ਯਾਦ ਕਰਾਈ ਹੈ ਗੁਰਬਾਣੀ ਦੀ ਚੀਜ਼, ਉੱਥੋਂ ਮੈਸੇਜ ਆਇਆ ਸੱਚਖੰਡ ਤੋਂ ਜਿੱਥੋਂ ਆਏ ਹਾਂ, ਵੀ ਤੁਸੀਂ ਆਹ ਲੈਣ ਆਏ ਹੋ, ਤੁਸੀਂ ਕਹੇ ਭੁੱਲ ਇਹ ਭੁਲਾ ਤੇ ਸਾਖਤਾਂ ਨੇ, ਤੁਸੀਂ ਆਪਣਾ ਕੰਮ ਉਹੀ ਕਰੋ ਜਿਹੜਾ ਕਰ ਰਹੇ ਹੋ। ਉਹਦੀ ਆਸ ਰੱਖੋਗੇ, ਨਾਮ ਦੀ ਆਸ ਰੱਖਾਂਗੇ ਤਾਂ ਇਹ ਉਦਾਸ ਹੈ, ਅਵਰੇ ਆਸ ਉਦਾਸਾ, ਹੋਰ ਆਸਾਂ ਤੋਂ ਉਦਾਸ ਹੋਣਾ। ਇੱਕ ਆਸ ਰੱਖੋ ਮਨ ਵਿੱਚ, ਉਹ ਆਸ ਰੱਖਣਾ ਉਦਾਸ ਹੈ, ਉਹ ਨਾ ਰੱਖਣਾ ਇਹਨਾਂ ਤੋਂ ਉਦਾਸ ਹੋਣਾ ਨਿਰਾਸ ਹੈ, ਉਹ ਤਾਂ ਨਿਰਾਸ ਹੈ ਫਿਰ, ਇਹ ਨਿਰਾਸ ਹੈ ਅਸਲ 'ਚ, ਨਿਰਾਸ ਹੈ ਜਿਹਨੂੰ ਇਹ ਉਦਾਸ ਕਹਿੰਦੇ ਨੇ, ਨਿਰਾਸ ਹੈ ਉਹ ਜਿਹਨੂੰ ਸੰਨਿਆਸ ਨੇ ਕਹਿਤਾ ਨਿਰਾਸ ਹੈ। ਹਾਂ ਜਿਹਨੂੰ ਸੰਨਿਆਸ ਕਹਿਤਾ ਉਹ ਤਾਂ ਨਿਰਾਸ ਹੈ, ਉਹ ਤਾਂ ਡਿਪਰੈਸ਼ਨ ਹੈ ਫਿਰ, ਉੱਥੇ ਵਹਿਕੂ ਹੈ, ਉੱਥੇ ਜ਼ਿੰਦਗੀ ਦਾ ਕੋਈ ਟਾਰਗੇਟ ਹੀ ਨਹੀਂ ਉੱਥੇ ਦਾ, ਫਿਰ ਕਿਉਂ ਜਨਮ ਹੋਇਆ ਸੀ, ਕੋਈ ਕਾਹਦੇ ਵਾਸਤੇ ਜਨਮ ਹੋਇਆ ਸੀ, ਤਪ ਕਾਹਦੇ ਵਾਸਤੇ ਕਰਦੇ ਹੋ, ਫਿਰ ਕੋਈ ਪਤਾ ਨਹੀਂ ਟਾਰਗੇਟ ਕੀ ਹੈ। ਜਾਂ ਤਾਂ ਇਹ ਆ ਵੀ ਲੋਕ ਸਾਨੂੰ ਪਿੱਛੇ ਪੂਜਾ ਕਰਨ ਸਾਡੀ,
ਇਹ ਨਹੀਂ ਸੀ ਗੱਲ ਗੱਲ ਕੁਛ ਕਮੀ ਹੈ ਸਾਡੇ 'ਚ, ਕੁਛ ਲੈਣ ਆਇਆ, ਘਾਟਾ ਪਿਆ ਹੋਇਆ ਕੋਈ, ਉਹ ਪੂਰਾ ਕਰਨਾ ਆ, ਘਾਟਾ ਕੀ ਪਿਆ ਨਹੀਂ ਪਤਾ, ਘਾਟਾ ਪਿਆ ਗਿਆਨ ਦਾ, ਬੁੱਧੀ ਛੋਟੀ ਹੈ, ਬੁੱਧੀ ਘੱਟ ਹੈ, ਬੁੱਧੀ ਪੂਰੀ ਕਰਨ ਆਇਆ ਸੀ, ਜਾਂ ਪੂਰਨ ਬੁੱਧ ਹੋ ਜੂਗੀ, ਗਿਆਨ ਲੈਣ ਆਇਆ ਸੀ, ਗਿਆਨ ਇੰਦਰੇ ਨੇ ਪੰਜੇ ਤਾਂ ਕਾਹਦੇ ਵਾਸਤੇ ਦਿੱਤੇ ਨੇ, ਗਿਆਨ ਇੰਦਰੇ ਕਿਉਂ ਦਿੱਤੇ ਸਾਨੂੰ, ਇਹ ਤਾਂ ਮਤਲਬ ਗਿਆਨ ਇੰਦਰੇ ਤਾਂ ਦਿੱਤੇ, ਗਿਆਨ ਦੀ ਉਹ ਕਮੀ ਹੈ ਸਾਡੇ ਕੋਲ, ਸਰੀਰ ਨੂੰ ਗਿਆਨ ਇੰਦਰੇ ਕਿਉਂ ਲਾਏ, ਗਿਆਨ ਦੀ ਉਹ ਕਮੀ ਹੈ, ਕਿਹੜੇ ਗਿਆਨ ਦੀ ਕਮੀ ਹੁਣ ਇਹ ਦੇਖਣ, ਉਹ ਕਿਹੜਾ ਗਿਆਨ ਹੈ ਜਿਹਦੀ ਕਮੀ ਹੈ, ਆਤਮ ਗਿਆਨ ਦੀ ਕਮੀ ਹੈ, ਜਿਹੜਾ ਕਿਹਨੂੰ ਕਮੀ ਹੈ, ਐਂ ਦੇਖੋ ਵੀ ਕਮੀ ਕਿਹਨੂੰ ਹੈ, ਬਸ ਕਿਹਨੂੰ ਕਮੀ ਖੋਜ ਲਓ, ਬਾਕੀ ਸਭ ਕੁਝ ਪਤਾ ਲੱਗ ਜੂਗਾ, ਜਿਹਨੂੰ ਕਮੀ ਹੈ ਉਹਨੂੰ ਖੋਜੋ, ਕਮੀ ਕਿਹਦੇ ਕੋਲ ਹੈ, ਅਕਲ ਦੀ ਕਮੀ ਹੈ ਨਾ, ਫਿਰ ਅਕਲ ਕੀ ਹੁੰਦੀ ਹੈ, ਅਕਲ ਕਿਹਦੀ ਹੁੰਦੀ ਹੈ, ਅਕਲ ਦਾ ਮਾਲਕ ਕੌਣ ਹੈ, ਇਸ ਸਵਾਲਾਂ ਦਾ ਜਵਾਬ ਲੱਭ ਲਓ, ਫਿਰ ਪੂਰੀ ਤਾਂ ਫੇਰੇ ਕਰਾਂਗੇ, ਪਹਿਲਾਂ ਅਕਲ ਦਾ ਪਤਾ ਕਰੋ ਕੀ ਹੈ, ਕਿੱਥੇ ਹੈ ਉਹ, ਉਹਦੀ ਸ਼ਕਲ ਕਿਹੋ ਜਿਹੀ ਹੈ, ਖੋਜ ਉਸ ਆਤਮ ਚਿੰਤਨ, ਆਤਮ ਖੋਜੇ ਫਿਰ, ਕਹੋ ਨਾਨਕ ਬਿਨ ਆਪਾ ਚੀਨੇ ਮਿਟੇਰਾ ਭਰਮ ਕੀ, ਹਾਂ ਭਰਮ ਅਕਲ ਦੀ ਘਾਟ ਨੂੰ ਕਹਿੰਦੇ ਨੇ, ਜਿੰਨਾ ਚਿਰ ਆਤਮ ਨਹੀਂ ਚੀਨਦੇ ਖੋਜਦੇ ਉਨਾ ਚਿਰ ਉਹ ਜਿਹੜੀ ਕਵੀ ਪੂਰੀ ਨਹੀਂ ਹੋਣੀ, ਆਤਮ ਚੀਨਣਾ ਆਤਮ ਖੋਜਣਾ ਹੀ ਕਵੀ ਹੈ, ਜਿਹਦੇ ਨਾਲ ਆਤਮ ਖੋਜ ਲਿਆ ਚੀਨ ਲਿਆ ਉਹ ਕਵੀ ਪੂਰੀ ਹੋ ਗਈ, ਉਹ ਭਰਮ ਦੂਰ ਹੋ ਗਿਆ, ਖਾਲੀ ਜਿਹੜੀ ਖਲਾ ਹੈ ਨਾ ਵੈਕੋ ਉਹਦੇ 'ਚ ਜਗ੍ਹਾ ਖਾਲੀ ਹੈ, ਗਿਆਨ ਦਾ ਘਾਟ ਹੈ, ਗਿਆਨ ਦੀ ਘਾਟ ਪੂਰੀ ਹੋ ਗਈ, ਸਭ ਦਾ ਗਿਆਨ ਇਹਨੂੰ ਆਪਣਾ ਗਿਆਨ ਨਹੀਂ ਹੈ, ਦੁਨੀਆਂ ਨੂੰ ਦੇਖਦਾ ਆਪਣੇ ਆਪ ਨੂੰ ਨਹੀਂ ਦੇਖਦਾ, ਬਾਹਰ ਨੂੰ ਜਾਗਦਾ ਨਾ ਆਪਣਾ ਆਵੇ ਤਾਂ ਅੰਦਰ ਹੈ, ਅੰਦਰ ਨੂੰ ਜਾ ਕੇ ਤਾਂ ਆਪਣਾ ਆਪ ਦੇਖੇ, ਬਾਹਰ ਨੂੰ ਜਾਕੂ ਮਾਇਆ, ਬਾਹਰ ਤਾਂ ਮਾਇਆ ਹੈ, ਬਾਹਰ ਦੇਖੂ ਤਾਂ ਮਾਇਆ, ਇਹਨਾਂ ਅੱਖਾਂ ਨਾਲ ਵੀ ਮਾਇਆ ਦੀਦੀ ਹੈ, ਅੱਖਾਂ 'ਤੇ ਹੀ ਦੇਖਦਾ ਕੌਣ ਹੈ ਸਵਾਲ ਇਹ, ਕੰਨਾਂ 'ਤੇ ਹੀ ਸੁਣਦਾ ਕੌਣ ਹੈ, ਕੰਨ ਨਹੀਂ ਸੁਣਦੇ, ਕੋਈ ਸੁਣਨ ਵਾਲਾ ਹੋਰ ਹੈ, ਜੇ ਸੌ ਜਾਂਦਾ ਜਦ ਕੌਣ, ਜਦ ਕਾਹਦੇ ਨਹੀਂ ਕੰਨ ਸੁਣਦੇ, ਜੇ ਕੰਨੇ ਸੁਣਦੇ ਹੋਣ, ਜੇ ਸੌ ਜਾਂਦਾ ਫਿਰ ਕੌਣ ਸੁਣਦਾ, ਜੇ ਬੇਹੋਸ਼ ਹੁੰਦਾ ਦੇਖਦਾ ਕੌਣ ਹੈ, ਕੋਈ ਨਹੀਂ ਦੇਖਦਾ, ਅੱਖਾਂ ਖੁੱਲ੍ਹੀਆਂ ਵੀ ਹੋਣ ਨਹੀਂ ਦਿੰਦਾ, ਸੁੱਤੇ ਪਏ ਦਾ ਵੀ ਅੱਖਾਂ ਖੁੱਲ੍ਹੀਆਂ ਹੋਣ ਨਹੀਂ ਦਿੰਦਾ, ਦੇਖਣ ਵਾਲਾ ਕੋਈ ਹੋਰ ਹੈ, ਸੁਣਨ ਵਾਲਾ ਕੋਈ ਹੋਰ ਹੈ, ਨੱਕ ਸਾਹ ਲੈਣ ਵਾਲਾ ਵੀ ਕੋਈ ਹੋਰ ਹੈ, ਹੋ ਰਿਹਾ ਕੋਈ, ਕੋਈ ਹੋ ਰਿਹਾ ਜਿਹੜਾ ਕਹਿੰਦਾ ਮੇਰਾ ਤਾਂ ਜੀ ਨਹੀਂ ਕਰਦਾ ਰੋਟੀ ਖਾਣ ਨੂੰ, ਹੋ ਰਹੀ ਆ ਕੋਈ, ਉਹ ਜਦ ਨਹੀਂ ਹੁੰਦਾ ਫਿਰ ਤਾਂ ਸਰੀਰ ਨਹੀਂ ਕਹਿੰਦਾ ਮੈਨੂੰ ਭੁੱਖ ਲੱਗੀ ਹੈ, ਮੈਨੂੰ ਪਿਆਸ ਲੱਗੀ ਹੈ, ਮੇਰਾ ਜੀ ਕਰਦਾ ਕਿ ਨਹੀਂ ਕਰਦਾ, ਉਹ ਨਹੀਂ ਹੁੰਦਾ ਫਿਰ ਤਾਂ ਕਹਿੰਦਾ ਨਹੀਂ ਕੋਈ, ਡਾਕਟਰਾਂ ਦੇ ਬੇਹੋਸ਼ ਪਏ ਹੁੰਦੇ ਮਰੀਜ਼, ਡਾਕਟਰ ਦੱਸਦੇ ਨੇ ਵੀ ਇਹਨੂੰ ਆਪਾਂ ਹੁਣ ਕੋਈ ਦੇ ਦਈਏ, ਇਹਦੇ ਮਿਹਦੇ 'ਚ ਪਾ ਦਈਏ ਕੁਛ, ਇੰਨੇ ਵਜੇ ਅਤੇ ਇੰਨੇ ਵਜੇ ਸੀ, ਉਹੀ ਦਿੰਦੇ ਨੇ, ਉਹਨੂੰ ਤਾਂ ਕੋਈ ਭੁੱਖ ਨਹੀਂ, ਨਾ ਦਿਓ ਚਾਹੇ, ਉਹ ਤਾਂ ਡੈਡ ਇੱਕ ਬੋਡੀ ਓ ਪਈ ਹੈ, ਡੈਡ ਬੋਡੀ ਨਹੀਂ ਹੈ ਜਿਹੜੀ ਬੋਡੀ ਪਈ ਹੈ, ਬੋਡੀ ਨੂੰ ਕੋਈ ਪਤਾ ਨਹੀਂ, ਬੋਡੀ ਤਾਂ ਮੰਗਦੀ ਨਹੀਂ ਹੈ, ਮੰਗਣ ਵਾਲਾ ਬੋਡੀ ਨਾਲ ਨਹੀਂ ਜੁੜਿਆ ਹੈ, ਬੋਡੀ ਮੰਗਦੀ ਨਹੀਂ, ਮੰਗਣ ਵਾਲਾ ਬੋਡੀ ਨਾਲ ਨਹੀਂ ਜੁੜਿਆ ਹੈ, ਬਸ ਇਹੀ ਗੱਲ, ਜਦੋਂ ਇਹ ਜਵਾਬ ਆ ਗਿਆ ਮਸਲਾ ਹੱਲ ਹੋ ਗਿਆ, ਜਦ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਣ ਵਢਾਓ, ਜਟਾ ਨਖਣ ਦੀ ਲੋੜ ਨਹੀਂ ਹੈ, ਜਟਾ ਰੱਖਣ ਦੀ ਲੋੜ ਨਹੀਂ ਹੈ, ਜਤ ਰੱਖਣ ਦੀ ਲੋੜ ਨਹੀਂ ਹੈ, ਜਤ ਕੀ ਜਟਾ, ਜਟਾ ਜਤ ਕੀ ਹੈ, ਸਾਡਾ ਜਤ ਹੈ ਯਤਨ, ਯਤਨ ਹੈ ਅਸਲ ਦੇ ਵਿੱਚ, ਯਤਨ ਨੂੰ ਜਤ ਕਹਿੰਦੇ ਨੇ, ਯਤ ਯਤੀ, ਜੋ ਯਤਨਸ਼ੀਲ ਹੈ ਆਪਣੇ ਕੰਮ 'ਚ ਉਹ ਯਤੀ ਹੈ, ਯਤਨਸ਼ੀਲ, ਯਤਨਸ਼ੀਲ ਐਂ ਰਹੋ ਜਿਵੇਂ ਵਾਲ ਵੱਧਦਾ ਹੀ ਰਹਿੰਦਾ, ਜਿੰਨਾ ਚਿਰ ਵਾਲ ਹੈ ਵੱਧਦਾ ਨਹੀਂ ਰਹਿੰਦਾ, ਨੌ ਵਾਰ ਵਾਲ ਵੱਧਦੇ ਰਹਿੰਦੇ ਨੇ, ਯਤਨਸ਼ੀਲ ਲਗਾਤਾਰ ਰਹੋ ਜਿਵੇਂ ਵਾਲ ਵੱਧਦਾ ਰਹਿੰਦਾ ਆਪਣਾ,
अपने टारगेट प्रति। हाँ लगातार बढ़ते रहो, ये नहीं हैगा भी चलो कोई नहीं कर लांगे, कदे बाल इदा करते ने भी कट्ठे बढ़ लांगे दो चार कट्ठे, दो चार साल ना बदो, इदा हुंदा कदे नहीं हुंदा। दरख्तां दे पत्ते ने, दरख्त ने, शरीर है, कदे है गल, नेचर लगातार है, नेचर दे विच लगातार चलदा, जिन्हें नेचर नाल रल के चलना हुक्म चलना उन्हूं लगातार ही चलना पऊगा, लगातार चलना जिहड़ा है। धरती इक्को स्पीड ते लगातार चलती है, ना वधदी है स्पीड ना घटदी है, सारे प्लैनेट लगातार चलते ने, इक्को स्पीड ते चलते ने, जिन्हें कुदरत दे नाल चलना पाणी चलना उन्हूं इदां ही चलना पऊ जिवें नियम चलदा कुदरत दा। जदकि जता जोग को मजन, जोग को मजन, मजन की है जिहड़ा असीं मल के नहाउंदे हां ना बाहला शरीर, इहदी कोई बहुती लोड़ नहीं, नहाओ ना नहाओ इहदे नाल कोई वड्डी फर्क पैणा। जोग को मजन मन जित दी एकता ही मजन है साडा, जोग को मजन, मजन दोहां नूं इहनां नूं रौणा पैणा, चित्त नूं भी मन नूं भी, ओह च हां इह च मैं, ओदी हो ना रहे दी मैं ना रहे, हाँ हो मैं बिचों जाए, बिचों खोवै बिचों जाए, हाँ और मैं दोहां च नहीं रहनी चाहिदी, ये जोड़े का ही मजन करावे। नेम के मैं शरीर करके, मैं शरीर करके है, हाँ अकल करके है, मेरी अकल बड़ी है, हाँ अकल करके है, मेरी अकल बड़ी है, मैं शरीर करके है, मैं तकड़ा, मैं सोना, मैं भज ज़्यादा लैंना, मैं बहुत ज़्यादा चक लैंना, शरीर करके, मैं शरीर करके वजूद है, हाँ अकल करके, मेरी अकल बड़ी है, मैनू ज्ञान ज़्यादा है, बस। हाँ। नेम के नखन बढ़ाओ, नेम के नेम जड़े नेम बनाए हैं अपन, जे तो नेम बना लिया भी पंच बाणी का पाठ करना, फिर तो कोलू दे बोलता वाला नेम है, माला वाला नेम है, माला फिरी जाती है उत्थी रहती है, ये नहीं लगातार वधदा नेम नखन, जिवें नौ लगातार वधदा ना, जोगियां दे नौ वधाउंदे हुंदे ते उह नौ कटदे नहीं सी, नेम नहीं बधाए नौ बधा ले, और नौ ना बधाओ नेम बधाओ, नौ बधाउण दी लोड़ नहीं, नौ कट देने ने फालतू, वह नौ बधाउंदे ते नखन नहीं सी बधा, नेम नहीं सी बधाउंदे, नेम के नखन बढ़ाओ। आहो सीता पहला उन्होंने भी यही मेरी समाधि लाउणी है, साह खिच्चना उन्हूं बधाउणा हौली हौली, फिर नेम बधा नौ बधाउण लग गए, नेम बधाउणे छड़ते, यानी नेड़े नूं जा असीं जाने ना, नेड़े नूं लगातार नेड़े नूं, इत्थों दूर नूं जाने हां इधरों, यानी माया तो दूर नूं जाने हां, कह लो ये नौ वांगू बधदा, आ देखो इत्थे नौ लग्गेगा बाहर नूं बधदा, असीं पिछों माया तो पर जितों पैदा होया जड़ है जिहड़ी शरीर है, शरीर तो बाहर नूं जाने हां, या दृष्टि है कह लो साढ़े अंदरों जिहड़ी दृष्टि है बाहर नूं, दूर दृष्टि हुंदी जांदी है, नेड़े दृष्टि है अज बुद्धि, दूर तक सोच लंबी हुंदी जांदी है, जिवें सोच का दायरा वधदा है उवें जिवें नौ वधदा है, सोच का दायरा वधे लगातार लगातार, अगर रोज़ वधदी रहे ज्ञान, रोज़ वधदा रहे सोच का दायरा, रोज़ वास होता चला जाए, नैरो माइंडड नहीं रहना, ब्रॉड माइंडड होना, इन्ना ब्रॉड माइंडड होना कि सारा संसार इक्को रूप लगे, इक्को रूप लगे, देश देश के जिहड़े भेस ने, देश देश के खाने पीने ने सब, वो जलवायु के हिसाब नाल अपने अपने ने, ये कोई नहीं भी ये आ खाते ने असी नहीं खाना, वो नहीं खाना, उहदे नाल कोई फर्क नहीं पैंदा, उन्हां दे कपड़ियां दा पहरावा भी अड्ड हो सकदा है, देश देश के प्रभाव अपने अपने जलवायु के हुंदे ने,
ਇਹਦੇ ਖਿਆਲ ਮਗਰ ਨਹੀਂ ਪੈਣਾ, ਵਿਚਾਰਧਾਰਾ ਦੀ ਗੱਲ ਰੱਖਣੀ ਹੈ। ਵਿਚਾਰਧਾਰਾ ਇੱਕ ਬਣਾਉਣੀ ਹੈ, ਲੜਾਈ ਵਿਚਾਰਧਾਰਾ ਦੀ ਹੈ। ਖਾਣ ਤਾਂ ਜਿਹਨੂੰ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ, ਘਰ ਨਹੀਂ ਖਾਂਦੇ, ਕੋਈ ਕੋਈ ਸਬਜ਼ੀ ਨਹੀਂ ਖਾਂਦਾ, ਕੋਈ ਕੋਈ ਦਾਲ ਨਹੀਂ ਖਾਂਦਾ, ਉਹ ਕਹਿੰਦਾ ਮੈਂ ਤਾਂ ਕੋਈ ਨੂਡਲ ਘੱਟ ਖਾਂਦਾ, ਕੋਈ ਵੱਧ ਖਾਂਦਾ, ਇਹਦੇ 'ਚ ਕੀ ਹੈ। ਅਤੇ ਘਰਾਂ ਦੇ ਵਿੱਚ ਵੀ ਹੈ ਆਪਣੇ, ਕੋਈ ਮਿਰਚ ਖਾਂਦਾ ਨਹੀਂ, ਕੋਈ ਜ਼ਿਆਦਾ ਖਾਂਦਾ, ਇਹ ਨਹੀਂ ਖਾਣ ਪੀਣ ਦੀ ਕੋਈ ਗੱਲ ਹੈ। ਸਵਾਲ ਇਹ ਹੈ ਕਿ ਗਿਆਨ ਜਿਹੜਾ ਹੈਗਾ, ਸੱਚ ਜਿਹੜਾ ਹੈਗਾ, ਜੇ ਸੱਚ ਫਿੱਟ ਨਹੀਂ ਕਿਸੇ ਨੂੰ, ਸੱਚ ਨਹੀਂ ਖਾ ਸਕਦਾ, ਸੱਚ ਸਾਰਿਆਂ ਨੂੰ ਫਿੱਟ ਹੋਣਾ ਚਾਹੀਦਾ। ਜਿਹਨੂੰ ਸੱਚ ਫਿੱਟ ਨਹੀਂ, ਉਹਨੂੰ ਰੱਬ ਵੀ ਫਿੱਟ ਨਹੀਂ ਹੈ। ਫਿਰ ਜਿਹਨੂੰ ਸੱਚ ਫਿੱਟ ਨਹੀਂ ਨਾ, ਉਹਨੂੰ ਪਰਮੇਸ਼ਰ ਕਰਤਾ ਪੁਰਖ ਵੀ ਫਿੱਟ ਨਹੀਂ ਉਹਨੂੰ ਹੈ। ਜਿਹਨੂੰ ਕਰਤਾ ਪੁਰਖ ਫਿੱਟ ਨਹੀਂ, ਉਹ ਬੰਦਾ ਧਾਰਮਿਕ ਨਹੀਂ ਹੋ ਸਕਦਾ, ਉਹ ਬੰਦਾ ਧਾਰਮਿਕ ਨਹੀਂ। ਜਿਹੜਾ ਬੰਦਾ ਧਾਰਮਿਕ ਨਹੀਂ ਹੈ, ਉਹ ਸਮਾਜ ਖਾਤਰ ਖਤਰਾ, ਉਹ ਚੌਕਣ ਹੋਣਗੇ, ਚੋਰ ਵੀ ਹੋਊਗਾ, ਡਾਕੂ ਵੀ ਹੋ ਸਕਦਾ, ਅੱਤਵਾਦੀ ਵੀ ਹੋ ਸਕਦਾ, ਦੂਏ 'ਤੇ ਹਮਲਾ ਵੀ ਕਰ ਸਕਦਾ, ਦੂਏ ਦਾ ਹੱਕ ਵੀ ਮਾਰ ਸਕਦਾ, ਬੇਈਮਾਨ ਵੀ ਹੋ ਸਕਦਾ, ਉਹ 'ਚ ਫਿਰ ਔਗਣ। ਔਗਣ ਸੱਚ ਨੂੰ ਨਹੀਂ ਸੱਚ ਦੇ ਨੇੜੇ ਜਾਣ ਦਿੰਦੇ, ਗੁਣ ਸੱਚ ਦੇ ਨੇੜੇ ਲਿਜਾਂਦੇ ਨੇ। ਗੁਣਾਂ ਵਾਲੇ ਤਾਂ ਲੜਦੇ ਨਹੀਂ, ਇਕੱਠੇ ਬਹਿੰਦੇ ਨੇ, ਔਗਣ ਵਾਲੇ ਇਕੱਠੇ ਬਹਿ ਨਹੀਂ ਸਕਦੇ, ਲੜਦੇ ਨੇ। ਜਿਹੜਾ ਆਦਮੀ ਨੂੰ ਸੱਚ ਫਿੱਟਣੀ, ਉਹ ਫਸਾਦੀ ਹੁੰਦੇ ਨੇ, ਉਹ ਉਹਨਾਂ ਦੀ ਵਜ੍ਹਾ ਨਾਲ ਫਸਾਦ ਹੈ ਸੰਸਾਰ ਦੇ ਵਿੱਚ। ਸਿਆਸਤਦਾਨ ਵੀ ਉਹਨਾਂ ਦੇ ਵਿੱਚੇ ਹੀ ਨੇ, ਘੱਟ ਸਿਆਸਤ ਫਸਾਦ ਹੈ ਸਿਆਸਤਦਾਨਾਂ ਦੇ ਪਏ ਹੋਏ ਨੇ ਸਾਰੇ। ਇਹ ਚਾਹੇ ਆਪਣੇ ਆਪ ਨੂੰ ਕਿੰਨੇ ਚੰਗੇ ਕਹੀ ਜਾਣਾ, ਸਭ ਫਸਾਦੀ ਹੋ। ਕੋਈ ਬੰਦਾ ਹੁੰਦਾ ਉਹ ਘੱਟ ਹੁੰਦਾ ਜਾਣੀ ਫਸਾਦੀ, ਇਹਨਾਂ 'ਚ ਘੱਟ ਵੱਧ ਫਸਾਦੀ ਹੈਗੇ ਨੇ, ਫਸਾਦੀ ਸਾਰੇ ਹੀ ਨੇ। ਜਿਹੜਾ ਪੂਰਾ ਧਾਰਮਿਕ ਆ, ਉਹਦਾ ਨੇੜੇ ਵੀ ਜਾਂਦਾ, ਨੇੜੇ ਵੀ ਨਹੀਂ ਜਾਂਦਾ ਇਹਦੇ ਰਾਜ ਦੇ, ਬਈ ਫਸਾਦੀਆਂ ਜਾ ਕੇ ਉਹ ਕਿਉਂ ਬੈਠੂਗਾ। ਮਨਮੁੱਖਾਂ ਦੇ ਵਿੱਚ ਗੁਰਮੁਖ ਜਾ ਕੇ ਕਿਉਂ ਬੈਠੂਗਾ, ਉਹਨੂੰ ਕੀ ਲੋੜ ਪਈ ਹੈ, ਫਸਾਦੀਆਂ 'ਚ ਨਹੀਂ ਬੈਠੂਗਾ ਜਾ ਕੇ, ਉਹ ਨਹੀਂ ਜਾ ਕੇ ਬੈਠਦਾ ਇਹਦੇ 'ਚ। ਜਿਹਨੂੰ ਸੱਚ ਫਿੱਟ ਨਹੀਂ ਹੈ, ਭਾਵੇਂ ਸਾਡੇ ਲਿਖਿਆ ਹੋਇਆ ਪਾਰਲੀਮੈਂਟ ਦੇ ਮੂਹਰੇ ਲਿਖਿਆ ਨਹੀਂ ਹੋਇਆ ਵੀ ਕਹਿੰਦਾ ਸੱਚ ਹੈ, ਮੈਂ ਵੀ ਜੀ ਵੀ ਸੱਚ ਦੀ ਜਿੱਤ ਹੋਊਗੀ, ਪਰ ਸੱਚਾ ਸਚਿਹਰਾ ਕੋਈ ਵੀ ਨਹੀਂ ਉਹਨਾਂ 'ਚ, ਸਚਿਹਰਾ ਕੌਣ ਹੈ, ਕੋਈ ਵੀ ਨਹੀਂ। ਫਸਾਦ ਕਿਹੜੀ ਗੱਲ ਦਾ, ਇਸੇ ਗੱਲ ਦਾ ਫਸਾਦ ਹੈ ਸੰਸਾਰ, ਸਾਰੇ ਸੰਸਾਰ 'ਚ ਇਸੇ ਗੱਲ ਦਾ ਫਸਾਦ ਹੈ। ਸੱਚ ਫਿੱਟ ਹੋਣਾ ਚਾਹੀਦਾ ਸਭ ਨੂੰ, ਅਸੀਂ ਤਾਂ ਸਿਰਫ ਮੈਸੇਜ ਦੇਣਾ। ਜਿਹਨੂੰ ਸੱਚ ਫਿੱਟ ਹੈ, ਉਹ ਇੱਥੇ ਵੀ ਸੁਖੀ ਆ, ਇਕੱਲਾ ਹੀ ਸੁਖੀ ਆ, ਉਹਨੂੰ ਕੋਈ ਦੁੱਖ ਨਹੀਂ, ਉਹਦਾ ਕੀ ਲੈਣ ਦੇਣ। ਉਹਦਾ ਜਿੱਥੋਂ ਕੋਠਾ ਢਹਿ ਗਿਆ ਨਾ, ਕਹਿੰਦਾ ਕਹਿੰਦਾ ਉਹ ਇੱਕ ਖੰਡ ਢਹਿ ਗਿਆ, ਕਹਿੰਦਾ ਬਨੇਰਾ ਉਰੇ ਕਰ ਲਓ, ਛਿੱਤਣਾ ਨਹੀਂ ਹੈਗਾ, ਬਨੇਰਾ ਉਰੇ ਬੰਨ ਲਓ, ਉਹਦੀਆਂ ਲੱਕੜਾਂ ਜਾਲ ਲਓ, ਬਸ ਚਲੋ ਉੱਤੇ ਕਾਠ ਉਹਦੇ ਨਾਲ ਜਾਲ ਲੈਂਦੇ। ਉਹ ਤਾਂ ਇਹ ਕਰਦਾ, ਉਹ ਨਹੀਂ ਕਹਿੰਦਾ ਵੀ ਇੱਕ ਖੰਡ ਢਹਿ ਗਿਆ ਚਾਰ ਹੋਰ ਛਿੱਤੋ ਪਰੇ, ਉਹਨੇ ਕੀ ਲੈਣਾ, ਉਹ ਆਪਣਾ ਨੇੜੇ ਕਰ ਲੈਂਦਾ ਬਨੇਰਾ, ਝਗੜਾ ਨਹੀਂ ਕਰਦਾ। ਸਮਝਿਆ, ਜੇ ਇੱਕ ਇਹਨੇ ਵੱਟ ਵੱਧ ਤੇ ਉਹ ਕਹਿੰਦਾ ਚੱਲ ਇੱਕ ਸਿਆਲ ਦਾ ਕੀ ਫਰਕ ਹੈ, ਪਿੱਛੇ ਪਾ ਲਓ, ਕੋਈ ਨਹੀਂ, ਇੱਕ ਸਿਆਲ ਪਿੱਛੇ ਲੜਨਾ ਨਹੀਂ ਆਪਾਂ। ਉਹ ਦੋ ਚਾਰ ਸਿਆਲ ਬਾਲੂ, ਇਹਦਾ ਜਾਲ ਤਾਂ ਪਾਉਣ ਨਹੀਂ ਲੱਗਿਆ, ਫਿਰ ਤਾਂ ਦਿਖਾਉਣ ਲੱਗ ਜੂ, ਵੱਟ ਇੱਕ ਦੋ ਸਿਆਲਾਂ ਨੂੰ ਕੋਈ ਨਹੀਂ ਫਰਕ ਪੈਂਦਾ। ਸਮਝਿਆ ਜੀ, ਬੋਲਾਂਗੇ ਅਗਲਾ ਕਹੋ ਇਹ ਤਾਂ ਹੈ, ਹੋਰ ਇਹ ਦੇਖ ਕੇ ਕਹਿਣ ਲੱਗਦਾ ਵੀ ਅੱਠ ਵੱਟ ਤੁਹਾਡੀ ਬਾਹ ਲਈ, ਕਹਿੰਦਾ ਚੱਲ ਛੱਡੋ ਕੋਈ ਨਹੀਂ, ਇਹਦੀ ਆਦਤ ਹੈ ਵਹਾਉਣ ਦੀ, ਇੱਕ ਸਿਆਲ ਨਾ ਇਹਨੂੰ ਫਰਕ ਪੈਣਾ ਨਾ ਸਾਨੂੰ। ਵੱਟੇ ਵੱਟ ਸਾਡੇ ਵੱਲ ਆਈ ਆ, ਵੈਸੇ ਹੋਇਆ ਕੁਛ ਨਹੀਂ, ਵੱਟ ਸਾਡੇ ਵੱਲ ਹੈ, ਇਹਨੇ ਆਪਣੇ ਹਿੱਸੇ ਦੀ ਵਾਹ ਲਈ ਆ, ਚਲੋ ਸਾਰੀ ਉਹ ਵਾਹ ਲਈ, ਕੀ ਫਰਕ ਪੈ ਗਿਆ। ਅਸੀਂ ਆਪਣੀ ਕੰਧ ਅੱਡ ਕਰ ਲੈਂਦੇ ਘਰਾਂ 'ਚ, ਕਹਿੰਦਾ ਵੀ ਮੈਂ ਤਾਂ ਵੱਖਰੀ ਕਰਨੀ, ਕਹਿੰਦਾ ਜਗ੍ਹਾ ਤਾਂ ਕੰਧ ਘੇਰਦੀ ਹੋਈ ਹੈ, ਐਂ ਸਮਝ ਲਓ ਦੋ ਵੱਟਾਂ ਪੈ ਗਈਆਂ ਸਹੀ, ਇਹੀ ਗੱਲ ਆ। ਉਹਨੇ ਆਪਣੀ ਅੱਡ ਪਾ ਲਈ, ਅਸੀਂ ਆਪਣੀ ਅੱਡ ਪਾ ਲਈ, ਮਨ ਤਾਂ ਕੀ ਸਮਝਾਉਣ, ਝਗੜਾ ਕਾਹਨੂੰ ਹੋਇਆ, ਵੀ ਇਹਨੇ ਵਾਹੀ ਕਿਵੇਂ, ਝਗੜਾ ਜਦ ਮਰਜ਼ੀ ਕਰ ਲਓ, ਝਗੜੇ ਦਾ ਕੀ ਹੈ।
जिन्हें नहीं लड़ना वो कहना भी जाए इधर ना हो थोड़ा जा घट हो जाए फसल फिर ये कोठी भर जू एक सियाण या दो सियाण कुछ नहीं भर लगे कुछ नहीं फर्क पैंदा ज्ञान गुरु आत्म उपदेशो नाम विभूत लगाओ ज्ञान गुरु गुरु किनू बनाओ आदमी गुरु बनाने की कोई लोड़ नहीं आदमी के ज्ञान नू गुरु बनाओ आदमी ने नहीं नेरा चकना अंदरों ओदा ज्ञान चकू आदमी गुरु बना लिया ज्ञान उते लिया नहीं फिर की फायदा हो भाई गुरु तो आदमी नू बना लिया ज्ञान उते लिया नहीं गुरु नहीं है फिर थोड़ा गुरु नहीं बनया ना वो बनया ना तुसी बनाया उन्हू जेड़ा कहना मैनू गुरु बना लो वो को ज्ञान है नहीं यदा मतलब है जी तो को ज्ञान होंगे कहना मेरा ज्ञान गुरु है तेरा मैं नहीं है जे ज्ञान लेंगा तो मैं गुरु मैनू भी कह दी चाहे ज्ञान कह दी फिर कोई रौला नहीं कह दी जिन्हू मर्जी वो कहने ना तो नहीं फर्क पैंदा पर तू ज्ञान ले लै आपे नहीं कहेगा जे ले लिया ज्ञान जे ज्ञान ले लिया आपे नहीं कहेगा जे नहीं लेंदा तो कहेगा जे नहीं लेंदा ज्ञान फिर मैं है नहीं कहता फिर तू जा मैं नहीं तेरा गुरु तू कहता फिर लोगों वो तो जब कागजा च बाप ही लग गया मेरा मुंडा ही नहीं तो उन्होंने पिछले सबूत लिया भाई तू गुरु तो कहना मैं गुरु मेरा है नहीं तो तेन वारस कमें मन लिए वारस तो ही है ना जो कहूगा मेरा सिख है सिख जब वारस है नहीं तू बाहर झूठ बोलना तो कोई तेन लाभ तो होना नहीं ये कहना मैं सिख हाँ कोई लाभ तो होना नहीं होने वाला है नहीं की बनू दसो जे असं कहते फिरिए लोगों को सिख हाँ की प्राप्ति की है कोई प्राप्ति है अपने आप नाल धोखा है कोई नहीं होर अपने आप नाल धोखे तो सवा कुछ नहीं है जी प्राप्ति वो लोगों को धोखा ये लोगों तो कोई धोखा नहीं अपने आप नाल धोखा करते हैं अभी किसी ना कोई धोखा नहीं प्राप्ति की है ना कुछ भी प्राप्ति नहीं सिख कह लो मुसलमान कह लो गुरु नानक ने कहा नहीं मुसलमान कहा बड़ मुश्किल होए तो मुसलमान कहा है मुसलमान बड़ी उच्ची अवस्था का ना हो भाई जे मुसलमान होवे उही मुसलमान कहावे धोखे तो ना रहे पहले ही मुसलमान कहावे होए है ना फिर उन्हें मुसलमान बनना नहीं जिहड़ा सिख जमदा ही हो गया उन्हें सिख बनना नहीं सारी उम्र फिर नहीं बनता सिख तो हैगा ही है फिर कहते बनू जिहड़ा हैगा सिखो क्यों बनूगा डिग्री दे दो सबनू पहला एम ए की डिग्री दे दो फिर कहो भी एम ए पढ़ूगा उसनू पढ़ूगा उन्हू की लोड़ है पढ़ने की डिग्री तो तुम देती फिर नहीं पढ़ता वह फिर तो कहना परचा तुम दे दो जो मैं डिग्री देती हूँ मैं परचा तुम दे दो परचा तुम दे दो हूँ मेरे को टाइम नहीं है डिग्री मैं मिल गई डिग्री कहाँ कम आऊगी कम तो उन्हें करना जी पढ़ाई है हाँ ज्ञान गुरु आत्म उपदेशो नाम विभूत लगाओ गुरु नहीं है साडा ग्रंथ भी पोथी साहब नहीं गुरु है जेदा ज्ञान नहीं लिया ज्ञान गुरु है तो बिचला ये धोखे चो सारे ही जे मनते हो गुरु है ये जेड़ा ज्ञान है वह गुरु है जे तुम मनते हो कि दस पातशाह ने गुरियाई दिती है तो यह लिखते हैं फिर चलो जे आप मन भी लीए उन्होंने तो आही कहा आही गुरियाई दिती है पोथी परमेश्वर का थान तो पहला देती गुरियाई परमेश्वर करके परमेश्वर गुरु एको ही होंगे गुरु और परमेश्वर एको ही होंगे आदमी ने गुरु मनिया कित भी गुरु परमेश्वर एको जान ਜਾਂ ਗਿਆਨ ਗੁਰੂ ਮੰਨਿਆ ਅਗਿਆਨ ਨੂੰ ਗੁਰੂ ਮੰਨਿਆ ਗਿਆਨ ਗੁਰੂ ਆਤਮਾ ਉਪਦੇਸ਼ ਹੁਣ ਜੇ ਗੁਰੂ ਗ੍ਰੰਥ ਅਸੀਂ ਲਿਖ ਲਿਆ ਉੱਤੇ ਚਲੋ ਪਰਮੇਸ਼ਰ ਦਾ ਥਾਂ ਅਗਰ ਗੁਰੂ ਲਿਖ ਲਿਆ ਕੋਈ ਗੱਲ ਨਹੀਂ ਲਿਖਣ ਦੀ ਪਰ ਜੇ ਦਸਮ ਪਾਤਸ਼ਾਹ ਤਾਂ ਗੁਰੂ ਕਹਾ ਨਹੀਂ ਕਿਤੇ ਉਹ ਤਾਂ ਕਹਾ ਨਹੀਂ ਖਾਲਸਾ ਨੂੰ ਗੁਰਿਆਈ ਦਿੱਤੀ ਹੈ ਖਾਲਸਾ ਫਿਰ ਉਹ ਸਤਿਗੁਰ ਪੂਰਾ ਲਿਖਿਆ ਉਹਨਾਂ ਨੇ ਸਤਿਗੁਰੇ ਲਿਖਿਆ ਗੁਰੂ ਨੇ ਲਿਖਿਆ ਖਾਲਸਾ
ਜਦ ਅਸੀਂ ਗੁਰੂ ਖਾਲਸਾ ਕਹਿੰਦੇ ਹਾਂ, ਇਹਦਾ ਮਤਲਬ ਗੁਰੂ ਦਾ ਖਾਲਸਾ। ਖਾਲਸਾ ਕਾਲਪੁਰਖ ਹੀ ਪਹੁੰਚ ਹੈ ਨਾ, ਕਾਲਪੁਰਖ ਤਾਂ ਫਿਰ ਗੁਰੂ ਹੈ, ਕਾਲਪੁਰਖ ਗੁਰੂ ਹੈ, ਗੁਰੂ ਕਿਸੇ ਦਾ ਨਹੀਂ ਹੁੰਦਾ ਫਿਰ। ਗੁਰੂ ਗੁਰੂ ਤੋਂ ਗੁਰੂ ਤੋਂ ਸਭ ਨੀਵੇਂ ਹੁੰਦੇ ਨੇ, ਗੁਰੂ ਤੋਂ ਨੀਵੇਂ ਨੇ ਸਾਰੇ। ਜੇ ਖਾਲਸਾ ਗੁਰੂ ਹੈ ਫਿਰ ਕਾਲਪੁਰਖ ਹੀ ਫੌਜ, ਕਾਲਪੁਰਖ ਤੋਂ ਵੱਡਾ ਹੋ ਗਿਆ ਫਿਰ। ਬਈ ਜਿਹਦੀ ਫੌਜ ਹੈ ਮਾਲਕ ਤਾਂ ਵੱਡਾ ਹੀ ਹੁੰਦਾ। ਕਾਲਪੁਰਖ ਕੀ ਫੌਜ ਜਦ ਕਹਿੰਦੇ ਹਾਂ, ਕਾਲਪੁਰਖ ਦੀ ਫੌਜ ਹੈ। ਜੇ ਕਾਲਪੁਰਖ ਵੱਡਾ ਹੋਇਆ ਫਿਰ ਗੁਰੂ ਦਾ ਉਹ ਹੋਇਆ, ਫਿਰ ਇਹ ਕੌਣ ਹੋਇਆ? ਇਹੀ ਹੜਜਾਵਾ ਹੋਰ ਹੜਜਾਵਾ ਸਭ ਕਾਲੀ ਕਾਲਿਆਂ ਨੇ। ਅਸਲ 'ਚ ਜਿਹੜੇ ਆਦਮੀ ਵਿਅਕਤੀ ਗੁਰੂ ਬਣਦੇ ਅਤੇ ਉਹਨਾਂ ਨੇ ਜਾਣਬੁੱਝ ਕੇ ਇਹਨਾਂ ਦੇ ਮੂੰਹ 'ਚ ਪਾ ਦਿੱਤਾ ਗੁਰੂ ਦਾ ਲਫ਼ਜ਼। ਹੁਣੇ ਫਸ ਗਏ, ਇੰਨੀ ਅਕਲ ਹੈ ਨਹੀਂ, ਅਕਲ ਵੀ ਨਹੀਂ ਹੈ, ਟਾਈਮ ਵੀ ਨਹੀਂ ਹੈ ਵਿਚਾਰਨ ਦਾ ਵੀ ਨਹੀਂ, ਇਹਨਾਂ ਨੂੰ ਲਾਪਰਵਾਹੀ ਕਰਦੇ ਨੇ। ਗਿਆਨ ਗੁਰੂ ਹੈ। ਜੇ ਗੁਰਬਾਣੀ ਦੇ ਗਿਆਨ ਨਾਲ ਸਾਡਾ ਸੰਬੰਧ ਨਹੀਂ ਹੈ ਤਾਂ ਗੁਰੂ ਗ੍ਰੰਥ ਨਾਲ ਕੋਈ ਸੰਬੰਧ ਨਹੀਂ ਹੈ। ਜੇ ਗੁਰੂ ਗ੍ਰੰਥ ਦੇ ਗਿਆਨ ਨਾਲ ਸੰਬੰਧ ਨਹੀਂ ਤਾਂ ਇਹਦੇ ਨਾਲ ਕੋਈ ਸੰਬੰਧ ਨਹੀਂ, ਸਭ ਝੂਠ ਹੈ, ਆਪਣੇ ਆਪ ਨਾਲ ਧੋਖਾ ਹੈ। ਬਸ ਐਵੇਂ ਉਹ ਧੋਖਾ ਵੀ ਅਸੀਂ ਸਿੱਖਾਂ ਜੀ, ਅਸੀਂ ਸਿੱਖਾਂ, ਸਮਝਿਆ ਨਹੀਂ? ਹੁਣ ਤਾਂ ਕੋਈ ਬੋਲੇ ਨਹੀਂ, ਲੋਕ ਬੋਲਣ ਵੀ ਲੱਗ ਗਏ। ਉਹ ਕਹਿੰਦੇ ਰਹੇ ਨੇ ਹਿੰਦੂ ਨੇ ਕੇਸਾਧਾਰੀ ਹਿੰਦੂ ਨੇ, ਇਹਨੇ ਬੋਹ ਨੇ, ਕਿੰਨਾ ਚਿਰ ਤਾਂ ਕਹੀ ਜਾਂਦੇ। ਉਹ ਠੀਕ ਕਹਿੰਦੇ ਸੀ, ਉਹ ਉਹਨਾਂ ਦੀਦੇ ਸੀ ਵੀ ਇਹਨਾਂ ਦੇ ਲੱਛਣ ਜਿਹੜੇ ਨੇ ਹਿੰਦੂ ਵਾਲੇ ਨੇ ਸਾਡੇ, ਉਹੀ ਗੱਲਾਂ ਨੇ, ਉਹੀ ਬਾਤਾਂ ਨੇ, ਸਾਰਾ ਕੁਛ ਹੋਈ। ਉਹ ਇਹ ਐਵੇਂ ਮਕੌੜੇ ਮੋਟ ਪੀ ਜਾਂਦੇ ਹੁੰਦੇ ਸੀ, ਹੁਣ ਸਾਨੂੰ ਮੰਨਣਾ ਪਿਆ ਗੱਲ ਠੀਕ ਕਹਿੰਦੇ ਨੇ ਤੁਸੀਂ, ਇਹ ਹੈ ਹੀ ਨਹੀਂ ਸਿੱਖ, ਕਾਹਨੂੰ ਐਵੇਂ ਹੋਰ ਬਦਨਾਮੀ ਕਰਾਉਣੀ ਹੈ ਬੇਮਤਲਬ ਦੀ? ਸਿੱਖ ਸਿੱਖ ਕਹਿ ਕੇ ਬਦਨਾਮੀ ਗੁਰੂਆਂ ਦੀ ਕਰਾਉਣੀ ਹੈ? ਗੁਰੂਆਂ ਦਾ ਕੋਈ ਰੌਲਾ ਨਹੀਂ ਇਹਦੇ 'ਚ, ਨਾ ਗੁਰਬਾਣੀ ਦਾ ਰੌਲਾ। ਜਿਹਨੇ ਸਿੱਖ ਬਣਨਾ ਕੋਈ ਬਣ ਜਾਓ ਦੁਨੀਆਂ 'ਚੋਂ, ਮੁਸਲਮਾਨ ਕਿਹੜਾ ਨਹੀਂ ਬਣੇ, ਸਿੱਖ ਬਣਦੇ ਹੀ ਰਹੇ ਨੇ ਸਾਰੀ ਦੁਨੀਆ ਖਾਤਰ। ਇਹ ਧਰਮ ਜਿਹੜਾ ਮਰਜ਼ੀ ਅਡੋਪਟ ਕਰੋ, ਜਿਹੜਾ ਮਰਜ਼ੀ ਨਾ ਕਰੋ, ਇਹ ਤਾਂ ਪਰਮੇਸ਼ਰ ਦੀ ਬਾਣੀ ਆ, ਕਿਹੜਾ ਕਿਸੇ ਆਦਮੀ ਦੀ ਹੈ। ਜਿਹੜਾ ਮਰਜ਼ੀ ਅਡੋਪਟ ਕਰੋ, ਜਿਹੜਾ ਮਰਜ਼ੀ ਨਾ ਕਰੋ, ਜਿਹੜਾ ਅਡੋਪਟ ਕਰੂਗਾ ਉਹਨੂੰ ਫਾਇਦਾ ਹੋਊਗਾ। ਕੋਈ ਦਵਾਈ ਹੈ, ਜਿਹੜਾ ਖਾ ਲੂਗਾ ਉਹਦਾ ਰੋਗ ਠੀਕ ਹੋ ਜੂਗਾ, ਨਹੀਂ ਖਾਊ ਉਹਦੀ ਮਰਜ਼ੀ। ਸਿੱਖ ਕਹਾਏ ਤੇ ਕਿਤੇ ਰੋਗ ਨਹੀਂ ਠੀਕ ਹੋ ਜਾਣਾ, ਹਾਂ ਵੱਧ ਜੂਗਾ ਰੋਗ, ਵੱਧ ਜੂਗਾ ਰੋਗ ਜ਼ਰੂਰ। ਸਿੱਖ ਕਹਾਏ ਤਾਂ ਰੋਗ ਵੱਧ ਜਾਊਗਾ, ਵੱਧ ਵੀ ਵਧਿਆ ਹੋਇਆ ਹੀ ਹੈ, ਵੱਧ ਜਾਊਗਾ ਕੀ, ਵਧਿਆ ਤਾਂ ਹੋਇਆ ਹੀ ਹੈ। ਸਭ ਤੋਂ ਘੱਟ ਸਹਿਣਸ਼ੀਲਤਾ ਸਿੱਖਾਂ 'ਚ ਹੈ ਅੱਜ ਦੁਨੀਆਂ 'ਚ, ਸਭ ਤੋਂ ਘੱਟ ਸਹਿਣਸ਼ੀਲਤਾ ਸਿੱਖਾਂ 'ਚ। ਜਿੰਨਾ ਇਹਨਾਂ ਦੇ ਦੂਏ ਜਥੇਬੰਦੀਆਂ ਰੋਜ਼ ਕਰਦੀਆਂ ਨੇ ਨਾ ਗੁੰਡਾ ਕਰਦੀ, ਕੋਈ ਵੀ ਨਹੀਂ ਕਰਦਾ। ਸਰਸਿਆਲੇ ਨੂੰ ਅਸੀਂ ਉਹ ਨਹੀਂ ਕਰਨ ਦੇਣਾ, ਕਿਉਂ ਵੀ ਕਹਿੰਦੇ ਨਹੀਂ ਕਰਨ ਦੇਣਾ, ਕੋਈ ਕਰੇ ਆਪਣਾ ਗਿਆਨ ਚਰਚਾ ਕਰੋ ਅਗਲੇ ਨੂੰ ਜਾ ਕੇ। ਤੁਸੀਂ ਤੁਹਾਨੂੰ ਕੌਣ ਉੱਥੇ ਬਾਹਰਲੇ ਮੁਲਕਾਂ 'ਚ ਕੀਰਤਨ ਕਰ ਦਊਗਾ? ਅਸੀਂ ਕਿਤੇ ਵੀ ਕਰ ਸਕਦੇ ਹਾਂ, ਪੰਜਾਬ ਤੋਂ ਅਸੀਂ ਜਿਹਨੂੰ ਮਰਜ਼ੀ ਨਾ ਕਰ ਦਈਏ, ਇਹਦਾ ਮਤਲਬ ਕੀ ਹੋਇਆ? ਤੁਹਾਨੂੰ ਕਿਉਂ ਕਰਨ ਦੇਵੇ ਕੋਈ, ਜੇ ਤੁਸੀਂ ਨਹੀਂ ਕਿਸੇ ਨੂੰ ਕਰਨ ਦਿੰਦੇ, ਸਮਝਿਆ ਜੀ? ਹਾਂ ਤੁਸੀਂ ਆਪਣਾ ਮਾਰਕੀਟ ਹੈ, ਸੰਸਾਰ ਹੈ, ਤੁਸੀਂ ਆਪਣੇ ਧਰਮ ਦਾ ਗਿਆਨ ਦੱਸੋ, ਉਹ ਆਪਣੇ ਦਾ ਦੱਸਣ, ਜਿਹੜਾ ਜਿਹਦੀ ਮਰਜ਼ੀ। ਬਾਜ਼ਾਰ ਹੈ ਤਾਂ ਬਾਜ਼ਾਰ ਸਭ ਦੀਆਂ ਦੁਕਾਨਾਂ ਨੇ, ਐਂ ਕਹਿ ਲਓ, ਅਸੀਂ ਤਾਂ ਫਰੀ ਵੇਚਦੇ ਹਾਂ ਭਾਈ, ਸੌਦਾ ਦੂਏ ਪੈਸੇ ਲੈ ਕੇ ਵੇਚਦੇ ਨੇ, ਸਵਾਦ ਦੀ ਗੱਲ ਤਾਂ ਇਹ ਹੈ ਨਾ। ਵੀ ਸੱਚ ਦੀ ਗੱਲ ਇਹ ਵੀ ਕਰਦੇ ਨੇ, ਇਹ ਵੀ ਕਰਦੇ, ਤੁਸੀਂ ਪਰਖ ਲਓ ਸੱਚ ਕਿਹੜਾ ਕਿਹੜਾ ਨਹੀਂ ਹੈ, ਲਿਜਾਣਾ ਲੈ ਜਾਓ, ਨਹੀਂ ਲਿਆਉਣਾ ਨਾ ਜਾਓ, ਅਸੀਂ ਕਿਹੜਾ ਕਿਸੇ ਤੋਂ ਕੋਈ ਲੈਣਾ। ਚੱਲ ਗੱਲ ਖਤਮ। ਧਾਰਮਿਕ ਬੰਦੇ ਦਾ ਪ੍ਰਚਾਰ ਕਰਦੇ ਨਾ, ਲੈਂਦੇ ਤਾਂ ਕਿਸੇ ਤੋਂ ਕੁਛ ਨਹੀਂ, ਕੋਈ ਵੀ ਨਹੀਂ ਮੰਗਦਾ ਕਿਸੇ ਤੋਂ ਕੁਛ। ਤੁਸੀਂ ਜਦ ਖਰੀ ਚੀਜ਼ ਵੇਚੋਗੇ, ਜਿਹਨੂੰ ਖਰੀ ਦੀ ਲੋੜ ਹੈ ਖਰੀ ਲੈ ਲਓ, ਜਿਹਨੂੰ ਖੋਟੀ ਦੀ ਲੋੜ ਹੈ ਖੋਟੀ ਲੈ ਲਓ। ਗਹਿਣੇ ਖੋਟੇ ਵੀ ਤਾਂ ਵਿਕਦੇ ਨੇ, ਖਰੇ ਵੀ ਵਿਕਦੇ ਨੇ ਬਾਜ਼ਾਰ 'ਚ, ਸਭ ਕੁਝ ਵਿਕਦਾ। ਜੇ ਕੋਈ ਖੋਟੇ ਵੇਚਦਾ ਪੰਜਾਬ 'ਚ ਆ ਕੇ, ਤੁਹਾਨੂੰ ਕੀ ਲੱਗਿਆ ਖੋਟੇ ਵੇਚ ਲਵੇ? ਹਾਂ ਜੇ ਖਰੇ ਤੁਹਾਡੇ ਵਾਲੇ ਖਰੇ ਨੂੰ ਖੋਟਾ ਬਣਾਉਣ ਦੀ ਕੋਸ਼ਿਸ਼ ਕਰਦਾ, ਉਹਦਾ ਜਵਾਬ ਦਿਓ ਜਾ ਕੇ, ਬਈ ਇਹ ਗੱਲ ਗਲਤ ਹੈ, ਜਾਂ ਤਾਂ ਫਿਰ ਤੈਨੂੰ ਸਮਝ ਨਹੀਂ। ਜੇ ਤਾਂ ਇਹ ਖਰੇ ਦੀ ਗੱਲ, ਇਹਦੀ ਗੁਰਬਾਣੀ ਦੀ ਗੱਲ ਕਰਨੀ ਹੈ, ਫਿਰ ਐਂ ਕਰ, ਆਹ ਗੱਲ ਐਂ ਨਹੀਂ, ਐਂ ਸੰਗਤ ਵਿੱਚ ਫੜ ਕੇ ਬੈਠ ਕੇ ਕਹੋ। ਇਹ ਕੀ ਹੈ ਵੀ ਅਸੀਂ ਬੋਲਣ ਨਹੀਂ ਦੇਣਾ,
ਹੁਣ ਕਦੇ ਇਹਦੇ ਨਾਲ ਬੋਲੇ, ਉਹ ਵੀ ਬੋਲੋ ਤੁਸੀਂ ਵੀ। ਆਪ ਨੂੰ ਕਿਹੜਾ ਪਤਾ ਹੈ, ਨਾ ਆਪ ਨੂੰ ਪਤਾ ਹੈ ਨਾ ਮੰਨਣ ਨੂੰ ਤਿਆਰ ਨੇ। ਅਸਲ ਦੇ ਵਿੱਚ ਪਤਾ ਤਾਂ ਨਾ ਵੀ ਹੋਵੇ, ਜਾਂ ਪਤਾ ਲੱਗ ਵੀ ਜਾਵੇ, ਮੰਨੇ ਕੌਣ? ਜੇ ਕੱਲ੍ਹ ਨੂੰ ਮੰਨਿਆ ਨਹੀਂ, ਅਗਲੇ ਨੇ ਕਹਿਣਾ ਤੁਸੀਂ ਸਿੱਖ ਨਹੀਂ। ਡਰ ਇਸ ਗੱਲ ਦਾ ਹੈ ਵੀ ਜੇ ਸਿੱਖੀ ਮੂਹਰੇ ਆ ਗਈ, ਫਿਰ ਸਾਨੂੰ ਚੱਲਣਾ ਪਊ, ਫਿਰ ਜਥੇਬੰਦੀਆਂ ਬਣ ਕੇ ਦੁਆਲੇ ਬੰਨ ਕੇ ਨਹੀਂ ਜਾ ਸਕਦੇ ਸਿੱਖ, ਫਿਰ ਦੁਆਲੇ ਬੰਨ ਕੇ ਸਿੱਖ ਬਣ ਕੇ ਕਿਵੇਂ ਜਾਵਾਂਗੇ? ਆਹ ਗੱਲ ਦੀ ਬਿਮਾਰੀ ਹੈ, ਫਿਰ ਸਿੱਖੀ ਦੀ ਗੱਲ ਨਹੀਂ ਕਰ ਸਕਦੇ। ਅਗਲਾ ਕਹੂ ਵੀ ਤੁਸੀਂ ਕਿਹੜਾ ਸਿੱਖੀ 'ਤੇ ਚੱਲਦੇ ਹੋ? ਆਹ ਡਰ ਹੈ ਉਲਟਾ ਵੀ ਗੱਲੇ ਨਾ ਨਾ ਕਰੋ, ਨਾ ਕਰਨ ਦਿਓ, ਝਗੜਾ ਪਾ ਲਓ, ਹਰੇਕ ਗੱਲ 'ਚ ਝਗੜਾ ਪਾ ਲਓ। ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਹਾਂ, ਜਿਹੜੀ ਵਿਭੂਤ ਲਾਉਂਦੇ ਨੇ ਜੋਗੀ, ਉਹ ਵੀ ਲੋੜ ਨਹੀਂ ਸਾਨੂੰ ਲਾਉਣ ਦੀ, ਨਾ ਵਿਭੂਤ ਸਰੀਰ ਬਾਹਲੇ ਨੂੰ ਲਾਉਣ ਦੀ ਲੋੜ ਨਹੀਂ, ਬਾਹਲੇ ਸਰੀਰ ਨੂੰ ਧੋਣ ਦੀ ਲੋੜ ਨਹੀਂ, ਪਿੰਡਾਂ ਧੋਣ ਦੀ ਲੋੜ ਨਹੀਂ, ਧਰਮ ਵਾਸਤੇ ਧੋਣ ਦੀ ਲੋੜ ਨਹੀਂ। ਧੋਦੇ ਰਹੋ, ਚਾਹੇ ਧਰਮ ਉਹਨੇ ਕਹਿਣਾ ਧੋਵੋ, ਇਹਨੂੰ ਵੀ ਧਰਮ ਹੈ। ਸਰੀਰ ਦੇ ਨਹਾਉਣ 'ਚ ਇਹ ਕੋਈ ਧਰਮ ਹੈ? ਸੁੱਚਾ ਹੋਣਾ, ਇਹ ਹੋਣਾ, ਇਹ ਮੰਨ ਕੇ ਨਹੀਂ ਕਰਨਾ। ਉਹ ਦੁਨੀਆ ਕਰਦੀ ਹੈ, ਤੁਸੀਂ ਵੀ ਕਰੋ। ਜਿਹੜੇ ਧਰਮ ਮੰਨ ਕੇ ਕਰਦੇ ਨੇ ਉਹ ਧੋਖੇ 'ਚ ਨੇ, ਉਹ ਕਰਦੇ ਰਹਿਣ, ਉਹਨਾਂ ਨੂੰ ਕਰ ਲੈਣ ਦਿਓ, ਆਪ ਨਾ ਕਰੋ। ਉੱਥੋਂ ਪ੍ਰਾਪਤੀ ਨਹੀਂ ਹੈ ਕੁਛ। ਜਿਹੜੇ ਇਸ਼ਨਾਨ ਵਾਲੇ ਸਰੀਰ ਦਾ ਕਰਨਗੇ, ਉਹ ਬੰਦਾ ਨਹੀਂ ਕਰ ਸਕਦੇ, ਉਹਨਾਂ ਦਾ ਮਨ ਨਿਰਮਲ ਨਹੀਂ ਹੋਣਾ ਕਦੇ ਵੀ। ਜਿਨ੍ਹਾਂ ਨੇ ਮਨ ਦਾ ਇਸ਼ਨਾਨ ਕਰਨਾ ਨਾਮ ਨਾਲ, ਉਹ ਵਾਲੇ ਸਰੀਰ ਦੇ ਧੋਣ ਨੂੰ ਮਹੱਤਤਾ ਧਾਰਮਿਕ ਨਹੀਂ ਦਿੰਦੇ। ਉਹ ਨਹਾਉਣਾ ਧੋਣਾ ਬਣਿਆ ਹੋਇਆ, ਨਹਾਉਣਾ ਧੋਣਾ ਬਣਿਆ ਹੀ ਰਹਿਣਾ, ਕੱਪੜੇ ਵੀ ਧੋਣੇ ਨੇ, ਸਰੀਰ ਵੀ ਕਰਕੇ ਵੀ ਨਹਾਉਣੇ। ਧਰਮ ਦੇ ਵਿੱਚ ਇਹਦਾ ਕੋਈ ਦਖਲ ਨਹੀਂ ਹੈ, ਧਰਮ ਦੇ ਨਾਲ ਸੰਬੰਧ ਨਹੀਂ ਇਹਦਾ ਕੋਈ ਰੱਖਣ ਦੀ ਲੋੜ। ਹਾਂ, ਮਨ ਦੇ ਧੋਣ ਦੀ ਗੱਲ ਹੈ, ਮਨ ਜਿਹੜਾ ਮੈਲ ਹੈ, ਮਨ ਦੀ ਮੈਲ ਲਾਉਣ ਦੀ ਜ਼ਰੂਰ ਲੋੜ ਹੈ, ਉਹ ਲਾਉਣੀ ਹੈ ਗਿਆਨ ਨਾਲ। ਨਾਮ ਵਿਭੂਤ ਲਗਾਓ, ਨਾਮ ਦੀ ਵਿਭੂਤ ਲਾਉਣੀ ਹੈ ਮਨ ਨੂੰ। ਜੇ ਮਨ ਨੂੰ ਮਾਂਜਣਾ ਹੋਵੇ, ਜਿਵੇਂ ਅਸੀਂ ਕਿਸੇ ਚੀਜ਼ ਨੂੰ ਸਾਫ਼ ਕਰਦੇ ਹਾਂ, ਬਰਤਨ ਨੂੰ ਸਵਾਹ ਨਾਲ ਸਾਫ਼ ਕਰਦੇ ਨਾ, ਅੱਗੇ ਵਿਭੂਤ ਸਵਾਹ ਨੂੰ ਕਹਿੰਦੇ ਨੇ, ਬਰਤਨ ਸਾਫ਼ ਕਰਦੇ ਸੀ, ਸਵਾਹ ਨਾਲ ਬਰਤਨ ਚਮਕ ਜਾਂਦੇ ਨੇ। ਇਵੇਂ ਮਨ ਨੂੰ ਚਮਕਾਉਣਾ ਆਪਾਂ ਨੇ ਵਿਭੂਤ ਨਾਲ, ਕਾਹਦੇ ਨਾਲ? ਨਾਮ ਵਿਭੂਤ ਲਗਾਓ, ਨਾਮ ਦੀ ਵਿਭੂਤ, ਧੂੜੀ ਜਿਹਨੂੰ ਕਹਿੰਦੇ ਨੇ, ਧੂੜੀ ਕਰ ਇਸ਼ਨਾਨ, ਗਿਆਨ ਦੀ ਧੂੜੀ ਹੈ ਉਹ, ਜਿਹੜਾ ਗੁਰਬਾਣੀ ਦਾ ਗਿਆਨ ਹੈ ਉਹੀ ਨਾਮ ਹੈ, ਉਹਦੇ ਨਾਲ ਮਨ ਮਾਂਜਣਾ, ਇਹ ਕੰਮ ਕਰਨਾ। ਕੋਈ ਕਰ ਰਿਹਾ ਸਿੱਖ ਇਹ ਕੰਮ? ਕੋਈ ਵੀ ਨਹੀਂ ਕਰ ਰਿਹਾ, ਗਿਆਨ ਤਾਂ ਸੁਣਨਾ ਨਹੀਂ ਚਾਹੁੰਦੇ, ਗਿਆਨ ਦੀ ਤਾਂ ਗੱਲ ਨਹੀਂ ਕਰਨੀ ਚਾਹੁੰਦੇ। ਤਾਂ ਕੀ ਹੋ ਗਏ? ਅਸ਼ਾਂਤੀ ਹੈ ਸਭ ਦੇ ਅੰਦਰ, ਕ੍ਰੋਧ ਹੈ ਸਭ ਦੇ ਅੰਦਰ, ਸਹਿਣਸ਼ੀਲਤਾ ਖਤਮ ਬਿਲਕੁਲ ਹੈ। ਸੰਸਕ੍ਰਿਤ ਦਾ ਸ਼ਲੋਕ ਕਰਦੇ ਹਾਂ, ਉਹਦੇ ਵਿੱਚ ਆਇਆ, ਜਿਹੜੇ ਸੰਤ ਹੁੰਦੇ ਨੇ ਸਹਿਣਸ਼ੀਲ ਹੁੰਦੇ ਨੇ, ਗੁਰਸਿੱਖ ਸਹਿਣਸ਼ੀਲ ਨੇ, ਉਹ ਦੁਸ਼ਮਣਾਂ ਨੂੰ ਯਾਨੀ ਦੁਸ਼ਟਾਂ ਨੂੰ, ਨਿੰਦਕਾਂ ਨੂੰ, ਅਰ ਮਿੱਤਰਾਂ ਨੂੰ ਬਰਾਬਰ ਸਮਝਦੇ ਨੇ। ਕੀ ਇਹ ਸਮਝਦੇ ਨੇ ਬਰਾਬਰ? ਕਿ ਅਸੀਂ ਸਮਝਦੇ ਹਾਂ ਸਿੱਖ? ਜੇ ਨਹੀਂ ਸਮਝਦੇ, ਅਸੀਂ ਸਿੱਖ ਨਹੀਂ, ਸਿੱਖੀ ਤੋਂ ਕਰਦੇ ਹਾਂ ਬਿਲਕੁਲ। ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ, ਗੁਰੂ ਨਹੀਂ ਮੰਨਦਾ ਇਸ ਗੱਲ ਨੂੰ। ਜੇ ਸਹਿਣਸ਼ੀਲਤਾ ਹੈ ਨਹੀਂ, ਉਹ ਸਿੱਖ ਨਹੀਂ ਹੈ, ਉਹ ਨਹੀਂ ਸਿੱਖ, ਬਿਲਕੁਲ ਨਹੀਂ ਸਿੱਖ। ਧੋਖੇ 'ਚ ਮਤ ਰਹੇ, ਗੁਰਬਾਣੀ ਦੇਖ ਲਵੇ, ਗੁਰਬਾਣੀ 'ਚ ਲਿਖਿਆ ਹੋਇਆ, ਫੈਸਲਾ ਗੁਰਬਾਣੀ 'ਤੇ ਚੱਲਣਾ। ਹਾਂਜੀ, ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਮਾ ਤਨ ਪ੍ਰੀਤ। ਅਲਪ ਆਹਾਰ, ਥੋੜ੍ਹਾ ਜਿਹਾ ਵੀ ਜੇ ਗਿਆਨ ਖਾ ਲਵੇ ਨਾ ਇਹ, ਥੋੜ੍ਹਾ ਜਿਹਾ ਵੀ ਅੰਦਰ ਚਲਿਆ ਜਾਵੇ ਗਿਆਨ ਕਿਸੇ ਦੇ ਨਾਮ, ਆ ਜਿਹੜੀ ਆ ਨਾ ਸੁਪਨਾ ਆਉਂਦਾ ਨੀਂਦ ਦਾ, ਸੁਲਭ ਸੀ ਨਿੰਦਰਾ, ਆ ਜਿਹੜਾ ਸੁਪਨੇ ਜਾਪ, ਸੰਸਾਰ ਸੁਪਨਾ ਹੈ ਜਾ, ਅਸੀਂ ਕਹਿੰਦੇ ਜਾ, ਜੇ ਸਿੱਖ ਮੰਨਦੇ ਨੇ ਜਾਗਦੇ ਨੇ, ਉਹਦਾ ਬਿਲਕੁਲ ਸਿੱਖ ਨਹੀਂ ਨਾ ਹੁਣ, ਉਹਨਾਂ ਤੋਂ ਪਤਾ ਨਹੀਂ ਸਿੱਖੀ ਕੀ ਹੁੰਦੀ ਹੈ। ਜੇ ਅਵਸਥਾ ਨੂੰ ਉਹ ਸਮਝਦੇ ਨੇ ਜਾਗਦੇ ਆ, ਫਿਰ ਤਾਂ ਸਿੱਖਾਂ ਨੂੰ ਇੰਨੀ ਨਾ ਉਹ ਵੜਨ ਸਾਰੀ ਉਮਰ, ਉਹ ਕਈ ਐ ਉਮਰ ਕਿਹਾ ਕਈ ਜਨਮਾਂ 'ਚ ਨਹੀਂ ਬਣ ਸਕਦੇ ਸਿੱਖੋ, ਸਿੱਖੀ ਦਾ ਘਰ ਬਹੁਤ ਦੂਰ ਹੈ। ਸੁਲਭ ਸੀ ਨਿੰਦਰਾ, ਫਟਾਕ ਤਾਂ ਕਿਆ ਖੁੱਲ ਜੂਗੀ, ਸੋ ਰਹਿ ਮੱਧੇ ਪਵਨ ਝਕੋਰਿਆ, ਕਬੀਰ ਕੀ ਕਹਿੰਦੇ, ਸੋ ਰਹਿ ਮੱਧੇ, ਸੁੱਤਾ ਪਿਆ ਨਾ, ਜਦੋਂ ਸੋ ਸੁੱਤ ਅਵਸਥਾ ਦੇ ਵਿੱਚ ਕੋਈ ਕਿਸੇ ਨੂੰ ਆਵਾਜ਼ ਮਾਰਦੇ ਆ, ਆਪਾਂ ਹੱਕ ਮਾਰਦੇ ਹਾਂ ਨਾ, ਉਹ ਪੌਣ ਉਹਦੇ ਅੰਦਰ ਜਾਂਦੀ ਹੈ ਕੰਨ 'ਚ,
ਝਕੋਰਦੀ ਹੈ ਜਦੇ ਜਾਗਦਾ ਨਾ ਉਹ। ਐਵੇਂ ਗੁਰਬਾਣੀ ਨੂੰ ਸੁਣ ਕੇ ਸੋ ਰਹੇ ਮੱਧੇ ਪਵਨ ਝਕੋਰਿਆ, ਜੇ ਜਾਗਣਾ ਪਿਆ ਹਵਾ ਇਹਦੇ ਨਾਲ ਗੁਰਬਾਣੀ ਨਾਲ ਸਿੱਖ ਕਾਹਦਾ ਫਿਰ, ਸਿੱਖ ਕਾਹਦਾ ਜੇ ਗੁਰਬਾਣੀ ਦੀ ਆਵਾਜ਼ ਨਾਲ ਜਾਗਿਆ ਨਾ, ਸਿੱਖੀ ਕਾਹਦੀ ਉਹਦੀ। ਜੇ ਸਿੱਖਾ ਤਾਂ ਜਾਗੂਗਾ, ਪਵਨ ਝਕੋਰਿਆ ਆਕਾਸੇ ਫੜਫੜਿਆ, ਜੇ ਫੜਫੜਾਇਆ ਨਾ ਮਨ ਉਹਦਾ, ਉਹ ਗੁਰੂ ਕੀ ਕਹਿੰਦਾ, ਤੂੰ ਕੀ ਕਰਦਾ, ਅਸੀਂ ਕੀ ਕਰਦੇ ਹਾਂ, ਗੁਰਬਾਣੀ ਕੀ ਕਹਿੰਦੀ ਹੈ। ਜੇ ਤੜਫੜਾਇਆ ਨਾ ਮਨ ਸੁਣ ਕੇ, ਸਿੱਖੇ ਨਹੀਂ ਹੋਏਗਾ ਨਾ ਬਣੇ, ਕਦੇ ਵੀ ਨਹੀਂ ਬਣ ਸਕਦਾ ਸਿੱਖ। ਭੁਲੇਖੇ ਤੁਰੇ ਫਿਰਦੇ ਨੇ, ਤੁਰੇ ਫਿਰੀ ਜਾਣ, ਕੌਣ ਪੁੱਛਦਾ ਇਹਨਾਂ ਨੂੰ, ਕਿਸੇ ਨੇ ਨਹੀਂ ਪੁੱਛਣਾ ਹੈ ਮੇਰਾ ਬਟਨ ਸਿਆਣੇ ਕਿਸੇ ਨੇ। ਆਕਾਸੇ ਫਰ ਫਰਿਆ, ਉਦੋਂ ਕਹਾਂ ਕੀ ਹੈ, ਕਹਿੰਦੇ ਸਹਿਜ ਸੁਣ, ਸੁਣ ਤੋ ਸੁੱਤੇ ਪਏ ਤੋ ਜਾਗ ਹੋਈ, ਜਾਗ ਪਊਗਾ ਸਹਿਜ ਹੋ ਜੂ, ਉੱਠ ਕੇ ਖੜ ਬੈਠ ਨਹੀਂ ਆਉਂਦਾ ਜਾ ਆਪਾਂ ਹੱਕ ਮਾਰਦੇ ਹਾਂ। ਕੋਈ ਕਹਿ ਦੇਵੇ ਓਏ ਤੇਰੇ ਚਾਰੇ ਪਾਸੇ ਅੱਗ ਲੱਗੀ ਹੋਈ ਆਪਣੇ ਘਰ ਨੂੰ, ਤੂੰ ਸੁੱਤਾ ਪਿਆ, ਕਿਵੇਂ ਫੜ ਫੜਾਊਗਾ ਉਹ, ਉਹ ਘਰ ਤਾਂ ਚਾਰੇ ਪਾਸੇ ਅੱਗ ਲੱਗੀ ਹੋਈ ਹੈ ਤੁਹਾਡੇ, ਤੁਸੀਂ ਸੁੱਤੇ ਪਏ ਹੋ, ਸਿੱਖੀ ਰਹੀ ਕੋਈ ਨਹੀਂ ਤੁਹਾਡੇ। ਜੇ ਕੋਈ ਜਗਾ ਦੇਵੇ ਫੜ ਫੜਾਊ ਕਿ ਨਹੀਂ ਫੜ ਫੜਾਊ, ਫੜ ਫੜਾਊਗਾ। ਸੋ ਰਹੇ ਮੱਧੇ ਪਵਨ ਝਕੋਰਿਆ ਆਕਾਸੇ ਫਰ ਫਰਿਆ, ਸਹਿਜ ਸੁਣ ਸਹਿਜ ਹੋ ਜੂ ਸੁਣ ਤੋਂ। ਸਹਿਜਧਾਰੀ ਸਿੱਖ ਕਹਿੰਦੇ ਨਾ, ਅਸਲੀ ਸਹਿਜਧਾਰੀ ਹੁੰਦਾ, ਇਹ ਸੁਣਨੇ ਸੁੱਤੇ ਪਏ ਨੇ, ਕਹਿੰਦੇ ਜਾਗਦੇ ਹਾਂ, ਸੁੱਤਿਆਂ ਨੂੰ ਜਾਗਤ, ਸੋਬਤ ਕੋ ਜਾਗਤ ਕਹੇ, ਜਾਗਤ ਕੋ ਸੁੱਤਾ, ਇਹ ਉਹ ਨੇ ਇਹਨਾਂ ਖਤਰੇ ਲਿਖਿਆ ਗੁਰਬਾਣੀ 'ਚ, ਸੋਬਤ ਕੋ ਜਾਗਤ ਕਹੇ, ਇਹ ਸੁੱਤਿਆਂ ਨੂੰ ਜਾਗਦੇ ਕਹਿੰਦੇ ਨੇ। ਤੁਹਾਡੇ ਖਾਤਰ ਤਾਂ ਬਾਣੀ 'ਚ ਪਹਿਲਾਂ ਹੀ ਲਿਖਿਆ ਹੋਇਆ, ਤੁਸੀਂ ਤਾਂ ਮਨਮੁੱਖ, ਇਹ ਮਨਮੁੱਖਾਂ ਦੀ ਬੋਲੀ ਕਿਹੜੀ ਬੋਲਦੇ ਨੇ, ਸਿੱਖਾਂ ਦੀ ਤਾਂ ਬੋਲੀ ਉਹ ਨਹੀਂ ਜਾਣਦੇ, ਇਹ ਸਿੱਖਾਂ ਦੀ ਬੋਲੀ ਕੀ ਹੁੰਦੀ ਹੈ, ਸਿੱਖਾਂ ਦੀ ਬੋਲੀ ਤਾਂ ਗੁਰਬਾਣੀ 'ਚ ਹੈ, ਗੁਰਬਾਣੀ ਨੇ ਭਾਸ਼ਾ ਬਦਲਤੀ, ਬੋਲੀ ਬਦਲਤੀ, ਉਹ ਇਹਨਾਂ ਨੂੰ ਪਤਾ ਹੀ ਨਹੀਂ ਕੀ ਹੈ। ਆਕਾਸ਼ੇ ਪਰ ਸਹਿਜ ਸੁਣ, ਇੱਕ ਬਿਰਬਾ ਉਪਜਿਆ, ਸਹਿਜ ਤੋਂ ਸੁਣ ਹੋਇਆ ਉਦੋਂ ਇੱਕ ਹੋਇਆ ਤਾਂ ਉਪਜੇ ਹੈ, ਇਹ ਬਿਰਬਾ ਉਪਜਿਆ, ਪੇੜ ਪੇੜ ਬਣਿਆ, ਬਿਰਬਾ ਪੇੜ ਨੂੰ ਕਹਿੰਦੇ ਨੇ, ਬੀਜ ਤੋਂ ਪੌਦਾ ਬਣਿਆ, ਸਹਿਜ ਸੁਣ ਇੱਕ ਬਿਰਬਾ ਉਪਜਿਆ, ਧਰਤੀ ਜਲ ਹਰ ਸੋਕਿਆ, ਹਿਰਦੇ 'ਚੋਂ ਪੈਦਾ ਹੋਇਆ, ਜਿਹੜਾ ਗਿਆਨ ਸੀ ਨਾ ਅੰਮ੍ਰਿਤ ਗੁਰਬਾਣੀ ਦਾ, ਉਹ ਸੋਖ ਲਿਆ, ਉਹਦੇ ਨਾਲ ਪੈਦਾ ਹੋਇਆ ਨਾ, ਪਹਿਲਾਂ ਵੀ ਸੁਣਿਆ ਤਾਂ ਨਾ ਗਿਆਨ। ਧਰਤੀ ਜਲ ਹਰ ਸੋਖਿਆ, ਕਹੇ ਕਬੀਰ ਮੈਂ ਤਾਕਾ ਸੇਵਕ, ਜਿਹਨੇ ਬਿਰਬਾ ਦੇਖਿਆ, ਜਿਹਨੇ ਦੇਖ ਲਿਆ ਨਾ ਕੀ ਗੱਲ ਹੈ, ਇਹ ਬੁੱਝ ਲਈ ਕੀ ਕਹੀ ਹੈ ਮੈਂ, ਉਹ ਮੈਂ ਉਹਦਾ ਸੇਵਕ ਹਾਂ, ਕਬੀਰ ਇਹ ਕਹਿੰਦਾ, ਬੁੱਝ ਲੈਣਗੇ ਬੁਝਾਰਤ, ਜਿਹੜੀ ਉੱਥੇ ਲਿਖਦੇ ਨੇ ਰੋਜ਼, ਜਿਹੜਾ ਟੀਕਾ ਉਹ ਟੀਕੇ ਵਾਲੇ ਨਾ ਗਲਤ ਲਿਖਿਆ ਹੈ ਸਾਰੇ ਅਰਥ, ਉਹ ਤਾਂ ਟੀਕਾ ਹੀ ਬਣਨ ਦਾ ਲਿਖਿਆ, ਉਹ ਤਾਂ ਸਾਰਾ ਹੀ ਉਲਟ ਲਿਖਿਆ, ਦੇਖ ਲੈਣ ਉਹਦਾ ਅਰਥ ਉਹਨੇ ਕੀ ਕੀਤਾ ਉੱਥੇ, ਇਹ ਉਹਦੇ ਚੇਲੇ ਨੇ ਪੰਡਿਤ ਦੇ, ਪੰਡਿਤ ਦਾ ਟੀਕਾ ਪੜ੍ਹਦੇ ਨੇ ਪੰਡਿਤ ਦੇ ਚੇਲੇ ਨੇ। ਹਾਂਜੀ, ਦਇਆ ਛਿਮਾ ਤਨ ਪ੍ਰੀਤ, ਦਇਆ ਦੇਖੋ, ਦਇਆ ਛਿਮਾ ਤਨ ਪ੍ਰੀਤ, ਤਿੰਨੇ ਚੀਜ਼ਾਂ ਨਹੀਂ ਹਨ ਸਿੱਖਾਂ ਕੋਲ, ਜੇ ਇਹ ਨਹੀਂ ਤਿੰਨੇ ਚੀਜ਼ਾਂ ਤਾਂ ਬਿਲਕੁਲ ਸਿੱਖ ਨਹੀਂ ਹੈ। ਦਇਆ ਛਿਮਾ ਤਨ ਪ੍ਰੀਤ, ਕਿੱਥੇ ਕਿਹਾ ਹੈ ਉਹਨਾਂ ਨੇ ਇਹਦੇ ਵਿੱਚ ਵੀ ਅਸੀਂ ਜ਼ੁਲਮ ਦੇ ਖਿਲਾਫ ਲੜਨਾ, ਕਿਤੇ ਕਿਹਾ, ਕਿਤੇ ਤਾਂ ਦਿਖਾਓ ਜ਼ੁਲਮ ਦੇ, ਜ਼ੁਲਮ ਕੀ ਹੁੰਦਾ ਹੈ, ਜ਼ੁਲਮ ਆਉਂਦੀ ਕੋਈ ਚੀਜ਼ ਹੀ ਨਹੀਂ ਹੈ, ਜ਼ੁਲਮ ਕੋਈ ਕਰੇ ਨਹੀਂ ਸਕਦਾ, ਜਾਂ ਅਸੀਂ ਪੁੰਨ ਪਾਪ ਹੀ ਨਹੀਂ ਕੋਈ ਕਰ ਸਕਦਾ, ਜ਼ੁਲਮ ਕਿਵੇਂ ਕਰ ਦੂ ਕੋਈ, ਪੁੰਨ ਪਾਪ ਤਾਂ ਕੋਈ ਕਰੇ ਨਹੀਂ ਸਕਦਾ, ਜ਼ੁਲਮ ਕੌਣ ਕਰੂ, ਜ਼ੁਲਮ ਕਰੂ ਤਾਂ ਪਰਮੇਸ਼ਰ ਕਰੂ, ਫਿਰ ਪਤਾ ਨਹੀਂ ਕਿਹੜੀ ਬੋਲੀ ਬੋਲੀ ਜਾਂਦੇ ਨੇ, ਕਿਹਨਾਂ ਨੂੰ ਦੱਸਦਾ ਇਹਨੂੰ ਭਾਸ਼ਾ, ਕਿੱਥੋਂ ਸਿੱਖ ਕੇ ਆ ਗਏ। ਦਇਆ ਛਿਮਾ ਤਨ ਪ੍ਰੀਤ, ਤਿੰਨ ਚੀਜ਼ਾਂ ਨੇ, ਕਿਹੜੀ ਹੈ ਇਹਨਾਂ ਕੋਲ, ਨਾ ਦਇਆ ਹੈ ਨਾ ਛਿਮਾ, ਛਿਮਾ ਜਿਹਨੇ ਆਪਣਾ ਬੁਰਾ ਕੀਤਾ ਉਹਨੂੰ ਛਮਾ ਕਰ ਦੇਣਾ, ਇਹ ਬੋਲ, ਇਹ ਗੱਡੇ ਮੁਰਦੇ ਖੋਲਦੇ ਰਹਿੰਦੇ ਰੋਜ਼, ਇਹ ਤਾਂ ਗੱਡੇ ਮੁੜਦੇ ਖੇਡਦੇ ਨੇ। ਗੁਰੂ ਘਰ ਨੇ ਤਾਂ ਔਰੰਗਜ਼ੇਬ ਨੂੰ ਮਾਫ਼ ਕਰਕੇ, ਜਦ ਉਹਨੇ ਕਿਹਾ ਵੀ ਮੇਰੀ ਗਲਤੀ ਨਹੀਂ, ਮੈਂ ਆਪਣੀ ਕਸਬ 'ਤੇ ਕਾਇਮ ਹਾਂ, ਇਹਨਾਂ ਨੇ, ਇਹਨਾਂ ਨੂੰ ਤੁਸੀਂ ਮੇਰੇ ਕੋਲ ਆਓ, ਇਹਨਾਂ ਨੂੰ ਸਜ਼ਾ ਦਿੰਦੇ ਆਪਾਂ, ਔਰੰਗਜ਼ੇਬ ਨੂੰ ਜਦ ਨਾ ਮਾਫ਼ ਕਰਤਾ ਉਹਨਾਂ ਨੂੰ, ਛੇਵੇਂ ਪਾਤਸ਼ਾਹ ਨੇ ਫਿਰ ਉੱਥੇ ਜਾ ਕੇ ਉਹ ਬਾਈ ਤਾਂ 52 ਰਾਜਿਆਂ ਨੂੰ ਸੁਲਾਹ ਕਰਾਤੀ, ਪੰਜਵੇਂ ਪਾਤਸ਼ਾਹ ਦੀ ਸ਼ਹੀਦ ਕਰਾਏ ਤੋਂ ਬਾਅਦ ਵੀ ਦਿੱਲੀ ਕੀ ਕਰਦੇ ਨੇ ਸਭ ਨੂੰ ਪਤਾ ਹੈ।
की सोच है इन्हों की सबन पता है। सिक्खी वाली सोच एक धेले की भी नहीं है, एक रत्ती भर भी सिक्खी वाली गल नहीं है ना किसी को, ना होवे होनी भी है नहीं, ना इन्हों किसी ने हूँ पुछना। सिक्खी दोबारा जागृत हो जूगी, ये नहीं गल भी जागृत नहीं होगी, सिक्खी का लोगों को ज्ञान है नहीं सी, इन्हों किसी ने नहीं पुछना। हाँ जी, तन प्रीत, तन प्रीत हरेक तन नाल प्रीत है साड़ी, है तन सारियां कोल ही है, प्रीत सारियां नाल ही है ना। सील कोई भी ना, कोई बैरी ना है बगाना, तन प्रीत है। सिख प्रीत नहीं लिखा होया, तन प्रीत है भी सिख नाल प्रीत करनी है। सारे तन, तन चाहे जोगी दा किसे दा है, उपदेश सारियां नूं है। जिहड़ा नहीं भी ये करता सानू की अपने वास्ते नहीं करता, साडा कोई दुश्मन थोड़ी, अपना दुश्मन है जो नहीं करता। सिखी सिखी जे नहीं कमाउंदा वो अपना दुश्मन है, साडा कहदा दुश्मन है, अपना आप बिगाड़दा अपने पैर कुहाड़ा मारदा। कोई जे गाफल अपने पैर कुहाड़ा मारदा साडा की बिगाड़दा, साडा ये बिगाड़दा। जो कोई कहिंदा मैं सिख हाँ, सिखी दे नाम ते गुरु नूं बदनाम करदा, वो बिगाड़दा। गुरु की सिक्खी की बदनामी जी है, ये सानू भैड़ी लगती है, ये नहीं चंगी लगती। सील संतोख सदा निर्वैभो, वैभो त्रिगुण अतीत। शीतलता है कि किसी को, सील हैगा कोई, शीतलता का संतोख हैगा किसी, सदा निर्वैभो ये ना निर्वाह करो। सभा दे विच नरमी रहे हर वक्त, शीतलता रहे, ठंडक रहे, क्रोध गुस्सा ना होवे, संतोख रहे। दो चीज़ा नहीं हैं कोई दसे साढ़े को, दो चीज़ ए दो किसी को नहीं हैं। कोई दसे तो सही, जिदे को हैगा, जिदे को हैगा वो होण के चुप करे हुए ने। हो जे लीडर ने ना जो दिखाओ कि जेडे लीडर होए फिर बुरे उन्होंने वो दिखाओ कि सिक्खी के लीडर वो तो पिछे बैठे ने, जिन्हों को होगा, जिन्हों को होगा पिछे ने। जेडे अज लीडर ने जेडे रोज कलेस खड़े करते ने सिक्खी के नाम से, उन्होंने को सवाल तो यह जब कलेस सिक्खी के नाम से होना है, विपता तो सारे सिखों वर्ड च पै जानी है ना, तो वर्ड च पै जानी है। जो राज तुरै जाता है अगे ट्रेना तुरे जाते उन्होंने भी तलाशी, इतने भी शक तो सारिया के पी है ना, भी अतवादी ने बदनाम तो सारे होंगे। वो जो बदनामी कराने वाले ने वो टारगेट तो नहीं हूँ साढ़े हो रखे हो, गलती थी साड़ी, टारगेट तो पहले ही रखनी सी शुरू से, जे असी शुरू तो टारगेट से रखते दिन नहीं सी देखने पैने। साडा ही फर्ज बनता टारगेट तो करिए, जो गलत आदमी ने साडे च, सरकार कमें साढ़े खिलाफ़ जाऊगी, सरकार कमें जाऊगी खिलाफ़, सरकार जा जाऊ जा असी चुप सहमति देने उन्होंने, असी चुप कर जाने, वो चुप साड़ी सहमति मनी जाती है। वो इतने कोई डाका मारदा कोई कुछ करता असी चुप कर जाने, बुरा नहीं कहते अपने न्याणा, कोई किसी के न्याणे कुटाया घर के कहते नहीं भी घूसते नहीं, तो फिर सहमति नहीं मनी जाऊगी माँ बाप की, सहमति मनी जाऊगी भाइयों की, सहमति मनी जाऊगी, ये नहीं गल है। हवैबो त्रिगुण अतीत, इस तरीके तिना गुणा तो अतीत हो सकते हैं, असी त्रै गुणी माया तो उपर उठ सकते हैं। ता सचखंड का दरवाजा खुलना एवं नहीं तिना गुणा तो अतीत हो सकता, ये सिखी है इतने आके पूरा सिख है, सतगुर सिख के बंधन इतने आके बंधन कट होने, त्रै गुण अतीत जब हो गया ना इतने आके बंधन कट होने, एवं नहीं कट होने, इतने आके सिख है हूँ आवस्था सिख दी है। हो वो तेरे गुण अतीत, काम क्रोध हंकार लोभ हठ मोह न मनसों लियावे, ये कहना मन के इन्हों का प्रवेश नहीं होना चाहिए, कामना इच्छा वा कोई भी किसी किस्म की इच्छा, क्रोध लोभ हठ मोह न मनसों लियावे, ये तो मन के उत्ते नहीं लानी चाहिए, ये भरी अट्टियां पे सारे रोज जड़े कलेस करते यही भरे हैं इन्हों को, इन्हों को होर है दिखाओ कि इन्हों को होर, ये सभा दिखाओ है कि इन्हों को। वो सील संतोख की बजाय आए ने विरोधी औगण, वो गुण छड़ के औगण ले बैठे ने,
तब ही आत्म तत् को दर्शे परम पुरख कह पावे। जद कदे आत्म दर्शन होगा आत्म तत् को परसा ता कदे आत्मदर्शी होगा ता सिख बनूगा परम पुरख कह पावे ता परम पुरख की प्राप्ति होगी ता अपने मूल का उन्हों दर्शन होगा अपने मूल न जुड़ूगा। इन्हों कहते हैं सिख यह है सतगुर सिख के बंधन ये बंधन आ है सिखी पहले शब्द से दसती दसो तो लैना अपने आप न किड़ा सिख है कि नहीं है कसौटी दसती अपने अपने ला के देख लैन।